ਚਮਤੇ ਅਮਾਲ ਕੋ ਜਾਂ ਨਸੀਬਾਂ ਦੀ ਮਾਰ ਕਈਆਂ ਨੇ ਪੂਰਾ ਮੁਲਕ ਖਾ ਲਿਆ ਤੇ ਡਿਕਾਰਤਾ ਹੀ ਨਾ ਲਿਆ ਤੇ ਵਿਚਾਰਾ ਜਿਹੜਾ ਹੈਗਾ ਇਹਨੇ ਟਾਇਰ ਜਾ ਕੇ ਮਾਰਕੀਟ ਵੇਚ ਦਿੱਤੇ ਤੇ ਸਾਡੂ ਨੌਕਰੀ ਵੀ ਗੁੱਲ ਹੋ ਗਈ ਤੇ ਜ਼ਲੀਲੋ ਰਸਵਾ ਵੀ ਹੋ ਗਿਆ ਖੁਆਰ ਵੀ ਹੋ ਗਿਆ ਮਕਮੇ ਵੀ ਥੂ ਥੂ ਕਰ ਦਿੱਤੀ ਤੇ ਅਜ਼ੀਜ਼ੋ ਅਕਾਰਿਬ ਤੇ ਟੱਬਰ ਨੇ ਵੀ ਐਸੀ ਤੈਸੀ ਦਾ ਵਾਜਾ ਫੜ ਕੇ ਹੱਥ ਤੇ ਵਜਾਉਣਾ ਸ਼ੁਰੂ ਕਰਤਾ ਇਹ ਭਾਈ ਸਾਹਿਬ ਟ੍ਰੈਫਿਕ ਵਾਰਡਨ ਨੇ ਤੇ ਇਹਨਾਂ ਦੇ ਖਿਲਾਫ਼ ਇੱਕ ਇਨਕੁਆਇਰੀ ਇਨੀਸ਼ੀਏਟ ਹੁੰਦੀ ਹੈ ਇਨਕੁਆਇਰੀ ਕਹਿੰਦੀ ਹੈ ਕਿ ਜਨਾਬ ਮੌਸੂਫ ਨੇ ਸਰਕਾਰੀ ਗੱਡੀ ਦੇ ਟਾਇਰ ਜਿਹੜੇ ਨੇ ਉਹ ਮਾਰਕੀਟ ਜਾ ਕੇ ਵੇਚ ਦਿੱਤੇ ਨੇ ਇਹ ਭਾਈ ਸਾਹਿਬ ਐਮਟੀ ਲਾਈਨ ਦੇ ਮੁਲਾਜ਼ਮ ਹੈਗੇ ਸਨ ਟ੍ਰੈਫਿਕ ਪੁਲਿਸ 'ਚ ਇਹਨਾਂ ਦਾ ਕੰਮ ਹੈਗਾ ਸੀ ਤੇ ਜਨਾਬ ਸਰਕਾਰੀ ਗੱਡੀ ਲੈ ਕੇ ਜਾਂਦੇ ਨੇ ਟਾਇਰ ਖੁਲਾਉਂਦੇ ਨੇ ਟਾਇਰ ਵੇਚਦੇ ਨੇ ਪੁਰਾਣੇ ਟਾਇਰ ਲੈਂਦੇ ਨੇ ਤਾਂ ਕਿ ਓਬਵੀਅਸਲੀ ਗੱਡੀ ਨੂੰ ਇੱਟਾਂ 'ਤੇ ਤਾਂ ਨਹੀਂ ਨਾ ਕਰ ਦੇਣਾ ਜਾ ਕੇ ਖਿਲਾਰਨਾ ਵੀ ਹੈ ਬਿਲਕੁਲ ਕੰਡਮ ਗਲੇ ਸੜੇ ਟਾਇਰ ਫਰਕ ਜੇ ਲੈ ਕੇ ਨਾ ਆ ਕੇ ਗੱਡੀ ਨੂੰ ਚੜਾਉਂਦੇ ਨੇ ਅਤੇ ਜਾ ਕਰ ਐਮਟੀ ਲਾਈਨ ਗੱਡੀ ਖਿਲਾਰ ਦਿੰਦੇ ਨੇ ਹੁਣ ਲੱਗ ਜਾਂਦੀ ਇਨਕੁਆਇਰੀ ਕਿ ਉਹ ਭਾਈ ਮਰੇ ਕੱਲ੍ਹ ਇਹਦੇ 'ਤੇ ਟਾਇਰ ਨਵੇਂ ਸਨ ਅੱਜ ਇਹਦੇ ਟਾਇਰ ਹੱਡੂ ਗੁੱਲ ਹੋ ਗਏ ਨੇ ਉਹ ਕੀ ਕੀਤਾ ਜੀ ਲੋਗ ਬੁੱਕ ਚੈੱਕ ਕੀਤੀ ਜਾਂਦੀ ਹੈ ਅਤੇ ਲੋਗ ਬੁੱਕ 'ਚੋਂ ਪਤਾ ਲੱਗਦਾ ਹੈ ਕਿ ਜਨਾਬ ਮੌਸੂਫ ਗੁਲਾਮ ਦਸਤਗੀਰ ਸਾਹਿਬ ਜਿਹੜੇ ਨੇ ਇਹ ਟ੍ਰੈਫਿਕ ਵਾਰਡਨ ਨੇ ਗੱਡੀ ਜਨਾਬ ਕੋਲ ਹੈਗੀ ਸੀ ਅਤੇ ਵਾਪਸ ਜਦੋਂ ਆਈ ਹੈ ਤਾਂ ਲੰਗੜੀ ਲੂਲੀ ਹੋਈ ਪਈ ਹੈ ਕਿਹੜੀ ਹੁਸ਼ਿਆਰੀ ਆਈ ਸੀ ਸਾਹਿਬ ਨੂੰ ਜੋ ਗੱਡੀ ਦੇ ਟਾਇਰ ਹੀ ਖਾ ਗਏ ਨੇ ਹੁਣ ਇਨਕੁਆਇਰੀ ਹੋ ਗਈ ਸ਼ੁਰੂ ਗੱਡੀ ਦਾ ਨੰਬਰ ਹੈ LNG 2191 ਇਨਕੁਆਇਰੀ 'ਚ ਮੌਸੂਫ ਗਿਲਟੀ ਪਾਏ ਜਾਂਦੇ ਨੇ ਅਤੇ ਗੁਲਾਮ ਦਸਤਗੀਰ ਸਾਹਿਬ ਦੇ ਖਿਲਾਫ਼ ਕਾਰਵਾਈ ਹੁੰਦੀ ਹੈ ਅਤੇ ਇਹਨਾਂ ਨੂੰ ਨੌਕਰੀ ਤੋਂ ਫਰਕ ਕਰ ਦਿੱਤਾ ਜਾਂਦਾ ਹੈ ਇਹ ਤਮਾਮ ਵਾਕਿਆ ਤੁਹਾਡੇ ਸਾਹਮਣੇ ਰੱਖਣ ਦਾ ਇੱਕ ਮਕਸਦ ਹੈ ਕਿ ਜਿਸ ਜਿਹਨਾਂ ਜਣਿਆਂ ਨੇ ਇਨਕੁਆਇਰੀ ਕਰਕੇ ਇਸ ਬੰਦੇ ਦੀ ਨੌਕਰੀ ਦਾ ਪੱਠਾ ਗੋਲ ਕੀਤਾ ਹੈ ਦੀਵਾ ਗੋਲ ਕੀਤਾ ਹੈ ਇਹਦੀ ਨੌਕਰੀ ਦੀ ਜੜ੍ਹਾਂ ਪਾਣੀ ਪਾ ਦਿੱਤਾ ਹੈਗਾ ਬਰਬਾਦ ਕਰਕੇ ਰੱਖ ਦਿੱਤੀ ਹੈ ਉਹ ਟੀਮ ਚਾਹੀਦੀ ਹੈ ਕਿਉਂ ਕਿਉਂਕਿ ਇੱਥੇ ਬੜੇ ਸਾਰੇ ਐਸੇ ਜਣੇ ਟੁਰੇ ਫਿਰਦੇ ਨੇ ਜਿਹਨਾਂ ਪੂਰੇ ਮੁਲਕ ਦੀ ਬੱਤੀ ਗੋਲ ਕਰ ਦਿੱਤੀ ਹੈ ਅਤੇ ਇਹ ਇਨਕੁਆਇਰੀ ਕਰਨ ਤਾਂ ਕਿ ਕਿਤੇ ਉਹਨਾਂ ਦੀ ਵੀ ਨੌਕਰੀਆਂ ਖਾ ਜਾਣ ਕਹਿਣ ਦਾ ਮਕਸਦ ਉਹ ਹੀ ਹੈ ਕਿ ਕੋਈ ਸਭ ਕੁਛ ਖਾ ਗਿਆ ਅਤੇ ਕੋਈ ਸਾਈਕਲ ਚੋਰੀ 'ਚ ਮਾਰਿਆ ਗਿਆ ਇਹ ਭਾਈ ਜਿਹੜੇ ਨੇ ਟਾਇਰ ਚੋਰੀ ਮਾਰੇ ਗਏ ਨੇ ਤੁਹਾਡੀ ਕੀ ਰਾਏ ਕਮੈਂਟ ਸੈਕਸ਼ਨ ਤੁਹਾਡੇ ਕੋਲ ਜ਼ਰੂਰ ਆਗਾਹ ਕੀ ਕਰਿਆ ਜੇ ਉਸਦੀ ਵਜ੍ਹਾ ਹੈਗੀ ਹੈ ਕਿ ਵੱਡੇ ਚੋਰ ਉਹਨਾਂ ਨੂੰ ਨਿਕਲਣ ਦੇ ਰਾਹ ਬੜੇ ਅਤੇ ਨਿੱਕਾ ਚੋਰ ਉਹਨੂੰ ਘੇਰ ਕੇ ਬੰਦ ਗਲੀ 'ਚ ਨਿਸ਼ਾਨੇ ਵਰਤ ਬਣਾਇਆ ਜਾਂਦਾ ਨਹੀਂ ਕਰਨਾ ਚਾਹੀਦਾ ਸੀ ਸਜ਼ਾ ਵੀ ਮਿਲਣੀ ਚਾਹੀਦੀ ਹੈ ਆਈ ਡੋਂਟ ਇੰਡੋਰਸ ਦਿਸ ਕਿ ਕੋਈ ਛੋਟੀ ਚੋਰੀ ਵੀ ਕਰੇ ਲੇਕਿਨ ਚੋਰੀ ਹੋਵੇ ਸਰਕਾਰ ਦੀ ਅਤੇ ਸਰਕਾਰ ਜਾਣ ਦੇਵੇ ਸਿਰਫ ਤਦ ਹੁੰਦਾ ਜਦੋਂ ਚੋਰੀ ਸਾਂਝ ਨਾ ਹੋਵੇ ਓਏ ਮਾਮਾ ਇਕੱਲਾ ਹੀ ਖਾ ਗਏ ਇਸ ਕੇਸ ਦੇ ਹਵਾਲੇ ਨਾਲ ਨਹੀਂ ਕਹਿ ਰਿਹਾ ਜਨਰਲੀ ਕਹਿ ਰਿਹਾ